ਅੱਜ ਦੇ ਪਾਗਲ ਪ੍ਰੋਡਿਊਸਰ ਦੇ ਲਈ ਫਿਲਮਾਂ ਫਿੱਟ ਗਈਆਂ ਪੈਸੇ ਡੁੱਬ ਗਏ ਘਾਟੇ ਪੈ ਗਏ ਬਾਜੀ ਹਾਂਜੀ ਬੈਠੂੰਗੇ ਜੀ ਬੰਦਾ ਜੀ ਥੱਲੇ ਹੀ ਪੈ ਸਕਦਾ ਬਾਜੀ ਗੱਲ ਦੱਸੋ ਤੁਹਾਡੀ ਹਾਏ ਚ ਬੜੇ ਸੁਰ ਨੇ ਹਾਂਜੀ ਇਹ ਫਿਲਮਾਂ ਬਣਾਉਣ ਤੋਂ ਪਹਿਲਾਂ ਕੋਈ ਗਾਣੇ ਗੁਣੇ ਗਾਉਂਦੇ ਹੁੰਦੇ ਸੀ ਭਾਜੀ ਕੋਈ ਗਾਣਾ ਗਾਇਆ ਕਿਹੜਾ ਖੁੱਲੀਆਂ ਜ਼ਮੀਨਾਂ ਖੁੱਲਾ ਬਾਪੂ ਕੋਲ ਕੈਸ਼ ਅੱਛਾ ਭਾਜੀ ਫਿਲਮਾਂ ਚ ਤੁਸੀਂ 5-7 ਕਰੋੜ ਰੁਪਏ ਲਾਤਾ ਇੰਨਾ ਪੈਸਾ ਲਾਉਣ ਤੋਂ ਬਾਅਦ ਫਿਲਮਾਂ ਚ ਬਚਿਆ ਕੀ ਬਸ ਭਾਜੀ 4 ਹੀਰੋ ਨਾਲ ਫੋਟੋਆਂ ਬਚੀਆਂ ਉਹਦੇ ਚ ਵੀ 2 ਤੇ ਦਿਲਜੀਤ ਨੇ ਮੇਰੇ ਮੋਢੇ ਤੇ ਹੱਥ ਨਹੀਂ ਧਰਿਆ ਮੈਂ ਪ੍ਰੋਡਿਊਸਰ ਲੱਗਣ ਨਹੀਂ ਡਿਆ ਬੜੀ ਮਾੜੀ ਹੋਈ ਤੁਹਾਡੇ ਨਾਲ ਹਾਂਜੀ ਤੁਹਾਡੇ ਨਾਲ ਨਹੀਂ ਕਦੀ ਹੋਈ ਤੁਹਾਡੀ ਵਰਗੀ ਨਾ ਆਵਾਜ਼ ਹੋ ਨਹੀਂ ਪਿਆ ਨਹੀਂ ਜਿੰਨੀ ਤੂੰ ਸੋਹਣੀ ਤੇਰੇ ਨਾਲ ਹੋ ਜਾਣੀ ਹੈ ਹਾਏ ਭਾਜੀ ਹਾਂਜੀ ਤੁਹਾਡੇ ਨਾਲ ਮਾੜੀ ਹੋਈ ਹੈ ਕਿੰਨੀ ਮਾੜੀ ਹੋਈ ਹੈ ਭਾਜੀ ਇੰਨੀ ਮਾੜੀ ਮੈਂ ਤੇ ਆਪਣੀ ਫਿਲਮ ਦੇ ਵੀ ਪ੍ਰੀਮੀਅਰ ਤੇ ਨਹੀਂ ਬੁਲਾਉਂਦੇ ਕਹਿੰਦੇ ਪ੍ਰੋਡਿਊਸਰ ਸਾਹਿਬ ਬਾਹਰ ਜਾਓ ਜਗ੍ਹਾ ਇੰਨੀ ਕਿ ਕੱਲ ਵੇਖ ਲਿਆ ਜੇ ਭਾਈ ਤੁਸੀਂ ਸਟੂਡੀਓ 'ਚ ਆਏ ਹੋ ਤੁਹਾਡੀ ਇੰਟਰਵਿਊ ਚੱਲ ਰਹੀ ਹੈ ਦੇਖੋ ਮੁੰਡਾ ਬੈਠਾ ਮੈਂ ਬੈਠਾ ਸੋਹਣੀ ਕੁੜੀ ਬੈਠੀ ਹੈ ਕੁੜੀ ਤੁਸੀਂ ਵੇਖੀ ਹੋਣਾ ਹਾਏ ਐ ਮੇਰਾ ਕਾਰਡ ਹੀਰੋਇਨ ਬਣਾ ਦਿਆਂਗਾ ਅੱਛਾ ਬੰਦਾ ਪਾਗਲ ਹੋ ਗਿਆ ਬੰਦੇ ਦੀਆਂ ਆਦਤਾਂ ਨਹੀਂ ਗਈਆਂ ਏਟੀਐਮ ਕਾਰਡ ਬਣਾ ਕੇ ਚਲਾ ਗਿਆ ਬਾਅਦ 'ਚ ਵੀ ਤੇ ਇਹਨੇ ਇਹੀ ਮੰਗਣਾ ਸੀ ਘੱਟ ਪੈ ਜਾਣੇ ਘੱਟ ਪੈ ਜਾਣੇ ਅੱਛਾ ਜੇ ਤੁਹਾਨੂੰ ਕੰਮ ਚਾਹੀਦਾ ਹੋਏਗਾ ਤੇ ਦੱਸਿਓ ਅਸੀਂ ਦੁਕਾਨ ਤੇ ਮੁੰਡਾ ਰੱਖਣਾ ਹਾਏ ਰੱਖਣਾ ਮੁੰਡਾ ਵੀ ਹੈ ਹੀ ਰੱਖਣਾ ਇਹ ਪ੍ਰੋਡਿਊਸਰ ਸਾਹਿਬ ਹਾਂਜੀ ਇਹ ਆਪਣੀ ਗੁੱਤ ਪਰੇ ਕਰੋ ਜੂੜਾ ਕਰ ਲਾ ਨਹੀਂ ਨਹੀਂ ਕੋਈ ਚੱਕਰ ਨਹੀਂ ਤੁਸੀਂ ਵੈਸੇ ਵੀ ਪਾਗਲ ਹੀ ਲੱਗ ਰਹੇ ਹੋ ਹਾਂਜੀ ਆ ਜਿਹੜੀਆਂ ਆਪਾਂ ਆਪਣੇ ਇੱਥੇ ਲਾਈਆਂ ਹੋਈਆਂ ਆ ਹਾਂਜੀ ਫਿਲਮਾਂ ਹਾਂਜੀ ਇਹ ਭਾਬੀ ਨੂੰ ਪ੍ਰੋਬਲਮ ਦਾ ਕੀ ਮਤਲਬ ਹੈ ਭਾਜੀ ਨੇ ਪੈਸੇ ਲਾਏ ਤੇ ਭਾਬੀ ਵੀ ਪ੍ਰੋਬਲਮ ਕੀ ਆ ਗਏ ਆ ਕਿਹੜੀ ਫਿਲਮ ਆ ਭਾਜੀ ਟੈ ਪਈ ਹਾਂਜੀ ਇਹ ਕੀ ਹੈ ਕਿਉਂਕਿ ਭਾਜੀ ਜਦੋਂ ਮੈਂ ਫਿਲਮ ਬਣਾਉਣ ਲੱਗਾ ਹੀਰੋਇਨ ਮੇਰੇ ਤੇ ਟੈ ਪਈ ਮੈਨੂੰ ਲੱਗਦਾ ਇਹ ਫਿਲਮ ਦਾ ਨਾਮ ਨਹੀਂ ਹੈਗਾ ਇਹ ਫਿਲਮ ਬਣਾਉਣ ਲੱਗੇ ਸਾਰੇ ਪੈਸੇ ਉਧਰ ਲੱਗ ਗਏ ਪੈਸਾ ਇਧਰ ਬਚਿਆ ਕੋਈ ਨਹੀਂ ਆਪਣੀ ਕੋਠੀ ਟੈ ਪਈ ਇਹਨਾਂ ਦੀ ਭਾਜੀ ਭਾਜੀ ਹਾਂਜੀ ਤੁਸੀਂ ਮੈਨੂੰ ਲੱਗਦਾ ਲੈਟਾਂ ਨਹੀਂ ਬੰਦ ਕਰਨੀਆਂ ਘਾਟੇ ਪੈ ਜਾਣੇ ਮੈਂ ਹੀ ਕਰ ਆਵਾਂ ਘਾਟੇ ਲੈਟਾਂ ਬੰਦ ਕਰ ਲੋ ਪੈਸੇ ਚਲੇ ਜਾਣੇ